ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਅੱਜ ਗੱਲ ਕਰਾਂਗੇ USA ਦੀ। USA ਬਹੁਤ ਹੀ ਵੈਲਕਮਿੰਗ ਮੋਡ ਦੇ ਵਿੱਚ ਹੈ, ਸਕਸੈਸ ਰੇਟ ਬਹੁਤ ਵਧੀਆ ਆ ਰਿਹਾ। ਸੋ ਆਪਣੇ ਜਿਹੜੇ ਅੱਜ ਦੇ ਗੈਸਟ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਤਰੀਕੇ ਨਾਲ USA ਅਪਲਾਈ ਕੀਤਾ ਜਾ ਸਕਦਾ, ਕਿੰਨੀ ਕੁ ਕੋਸਟ ਆਉਂਦੀ ਹੈ, ਕਿਹੜੇ ਕੋਰਸਿਸ 'ਚ ਐਡਮਿਸ਼ਨ ਲੈਣ ਦਾ ਫਾਇਦਾ, ਖਾਸ ਕਰਕੇ ਪੰਜਾਬ ਦੇ ਸਟੂਡੈਂਟ ਨੂੰ ਜਿਹੜੇ ਰੈਗੂਲਰ ਨੋਨ ਮੈਡੀਕਲ, ਮੈਡੀਕਲ, ਕਮਰਸ ਅਤੇ ਆਰਟਸ ਸਟ੍ਰੀਮਸ ਦੇ ਨੇ। ਸਵਾਗਤ ਹੈ ਜੀ। ਮਿਹਰਬਾਨੀ ਦੀਪਕ ਜੀ, ਪ੍ਰੋਗਰਾਮ ਦੇਖ ਰਹੀ ਸਾਰੀ ਆਡੀਅੰਸ ਨੂੰ ਸਤਿ ਸ੍ਰੀ ਅਕਾਲ ਜੀ। ਰਣਜੀਤ ਜੀ, USA ਪ੍ਰੈਜ਼ੈਂਟ ਸਿਨੈਰੀਓ ਤੋਂ ਕਿਸ ਤਰੀਕੇ ਦੀ ਆਸ ਰੱਖਦੇ ਹੋ ਤੁਸੀਂ, ਦੇਖ ਰਹੇ ਹੋ ਰੋਜ਼ ਵੀਜ਼ਾ ਆ ਰਹੇ? ਦੇਖੋ ਜੀ, USA ਤੋਂ ਉਮੀਦਾਂ ਕਾਫੀ ਨੇ ਐਂਡ ਉਮੀਦਾਂ ਤੇ ਖਰਾ ਵੀ ਉਤਰ ਰਿਹਾ ਜੀ। USA ਦੀ ਗੱਲ ਕਰੋ ਹਾਲ ਦੀ ਘੜੀ, ਹੁਣ ਮੈਂ ਦੇਖੋ ਮੈਂ ਅਲੱਗ ਅਲੱਗ ਸ਼ੋਅ, ਤੁਸੀਂ ਮੈਨੂੰ ਰੈਗੂਲਰ ਫੋਲੋ ਕਰਦੇ, ਮੈਂ ਕਈ ਸ਼ੋਅ 'ਚ ਕਿਹਾ ਸੀਗਾ ਕਿ ਅਗਸਤ ਤੋਂ ਬਾਅਦ ਤੁਹਾਨੂੰ ਜਿਹੜੀ ਪਿਕਚਰ ਕਲੀਅਰ ਹੋ ਰਹੀ USA, ਤੁਹਾਨੂੰ ਵੀਜ਼ਾ ਹੀ ਵੀਜ਼ਾ ਦਿਖਣੇ। ਸੋ ਉਹ ਟਾਈਮ ਆ ਚੁੱਕਿਆ, ਹੁਣ ਤੁਸੀਂ ਮਾਰਕੀਟ ਜਦੋਂ ਨਜ਼ਰ ਮਾਰਦੇ ਹੋ ਤਾਂ ਤੁਹਾਨੂੰ USA ਨੂੰ ਲੈ ਕੇ ਐਡਵਰਟਾਈਜ਼ਮੈਂਟ ਦਿਖੇਗੀ, USA ਨੂੰ ਲੈ ਕੇ ਵੀਜ਼ਾ ਵਗੈਰਾ ਦਿਖਾਏ ਜਾਣਗੇ। ਕਿਉਂ? ਕਿਉਂਕਿ ਐਕਚੁਅਲ ਜੋ USA ਦੇ ਵੀਜ਼ਾ ਅੱਛੇ ਖਾਸੇ ਗ੍ਰਾਂਟ ਹੋ ਰਹੇ ਨੇ। ਜਿਹੜੀ ਰੇਸ਼ੋ ਪਹਿਲਾਂ ਸੀਗਾ ਕਿ 10 'ਚ 1 ਦਾ ਵੀਜ਼ਾ ਲੱਗਦਾ ਸੀਗਾ, ਹੁਣ ਉਹ ਰੇਸ਼ੋ 10 'ਚੋਂ 6 ਵੀਜ਼ੇ 7 ਵੀਜ਼ੇ ਤੇ ਪਹੁੰਚ ਚੁੱਕੀ। ਮਤਲਬ ਬਹੁਤ ਅੱਛੇ ਨੰਬਰ ਆਫ ਵੀਜ਼ਾ USA ਗ੍ਰਾਂਟ ਕਰੇ। ਇਹਦਾ ਕਾਰਨ ਕੀ ਹੈ, ਅਗਰ ਥੋੜ੍ਹਾ ਸਮਝੀਏ, ਜਿਹੜੇ ਬੱਚਿਆਂ ਨੂੰ ਨਹੀਂ ਪਤਾ, ਵੈਸੇ ਮੈਂ ਕਈ ਵਾਰ ਸ਼ੇਅਰ ਕਰ ਚੁੱਕਿਆ, ਇਹਦਾ ਕਾਰਨ ਦੇਖੋ ਇਹ ਹੈ ਕਿ USA ਨੇ ਵੀ ਆਪਣੀ ਸਟੂਡੈਂਟ ਵੀਜ਼ਾ ਮਾਰ ਕੇ ਇਹਨੂੰ ਦੁਬਾਰਾ ਖੜੇ ਕਰਨਾ। ਹੋਇਆ ਕੀ ਸੀਗਾ, ਟਰੰਪ ਗੌਰਮੈਂਟ ਆਈ, ਵੀਜ਼ਾ ਇਸ਼ੂ ਹੋਣੇ, ਡਿਜ਼ਰਵਿੰਗ ਕੈਂਡੀਡੇਟ ਨੂੰ ਵੀਜ਼ਾ ਨਹੀਂ ਮਿਲ ਰਿਹਾ ਸੀਗਾ, ਹੋਰ ਕੈਟਾਗਰੀ ਦੇ ਵੀਜ਼ਾ ਵੀ ਰਿਫਿਊਜ਼ ਹੋ ਰਹੇ ਸੀਗੇ, ਤਾਂ ਐਪਲੀਕੈਂਟ ਦਾ ਜਿਹੜਾ ਇੰਟਰਸਟ ਸੀਗਾ ਉਹ USA ਤੋਂ ਹਟ ਗਿਆ ਸੀ। ਉਹੀ ਗੌਰਮੈਂਟ ਚਾਹੁੰਦੀ ਸੀ, ਉਹ ਇਮੀਗ੍ਰੇਸ਼ਨ ਨੂੰ ਫਰੈਂਡਲੀ ਹੈ ਹੀ ਨਹੀਂ ਸੀਗੇ, ਤਾਂ ਉਸ ਤੋਂ ਬਾਅਦ ਨਵੀਂ ਗੌਰਮੈਂਟ ਆਈ ਤਾਂ ਉਹਨਾਂ ਨੇ ਕਲੀਅਰਲੀ ਇੰਟੈਂਸ਼ਨ ਦਿੱਤੀ ਸੀ ਆਪਣੀ ਕਿ ਅਸੀਂ ਇੰਟਰਨੈਸ਼ਨਲ ਸਟੂਡੈਂਟ ਵਾਸਤੇ ਕਈ ਤਰ੍ਹਾਂ ਦਾ ਜਿਹੜਾ ਕੰਮ ਕਰ ਰਹੇ, ਉਹਦੇ ਵਿੱਚ ਟਰੈਵਲ ਐਗਜ਼ੈਂਪਸ਼ਨ ਜਿਹੜੀ, ਮਤਲਬ ਕਿ 1 ਅਗਸਤ ਤੋਂ ਪਹਿਲਾਂ ਉਹਨਾਂ ਨੇ ਕਹਿਤਾ ਕਿ ਜਿਹਦੀਆਂ ਕਲਾਸਾਂ 1 ਅਗਸਤ ਨੂੰ ਸਟਾਰਟ ਹੋ ਰਹੀਆਂ ਨੇ, ਅਗਰ ਉਹ ਕੋਈ ਸਟੂਡੈਂਟ ਵੀਜ਼ਾ ਹੈਗਾ ਉਹਨੂੰ ਕੋਈ ਐਗਜ਼ੈਂਪਸ਼ਨ ਲੈਣ ਦੀ ਲੋੜ ਨਹੀਂ, ਉਹ ਟਰੈਵਲ ਕਰ ਸਕਦਾ, ਕੋਵਿਡ ਦੇ ਟਾਈਮ ਦੇ ਦੌਰਾਨ ਵੀ ਕਰ ਸਕਦਾ, ਇੰਡੀਅਨ ਸਟੂਡੈਂਟ ਜਾਂ ਕੋਈ ਵੀ ਸਟੂਡੈਂਟ ਹੈ, ਤਾਂ ਉਹ ਪਹਿਲਾਂ ਉਹਨਾਂ ਨੇ ਅਨਾਊਂਸ ਕਰਤਾ ਸੀਗਾ। ਸੋ ਅਪਾਇੰਟਮੈਂਟਾਂ ਮਿਲੀਆਂ, ਬੱਚੇ ਗਏ, ਹੁਣ ਉਹਦਾ ਰਿਜ਼ਲਟ ਸਾਹਮਣੇ ਆ ਜੀ। ਅਗਸਤ ਲੰਘ ਚੁੱਕਿਆ ਐਂਡ ਜਿਹੜੀ ਵੀਜ਼ਾ ਰੇਸ਼ੋ ਬਹੁਤ ਵਧੀਆ ਰਹੀ, ਅਜੇ ਵੀ ਅਪਾਇੰਟਮੈਂਟਾਂ ਨੇ, ਸਾਡੇ ਵੀ ਕਾਫੀ ਬੱਚਿਆਂ ਦੀਆਂ ਨੇ, ਈਵਨ ਅਗਲੇ ਇਨਟੇਕ ਦੇ I-20 ਵੀ ਅਪਲਾਈ ਹੋਣੇ ਸ਼ੁਰੂ ਹੋ ਗਏ, ਤਾਂ US ਇਦਾਂ ਹੀ ਰਹਿਣਾ। ਕਦੋਂ ਤੱਕ ਰਹਿਣਾ? ਐਟਲੀਸਟ ਇਸ ਪੂਰੇ ਸਾਲ 'ਚ ਜਿੰਨੀਆਂ ਇੰਟਰਵਿਊ ਹੋਣਗੇ ਉਹ 'ਚ ਵੀਜ਼ਾ ਰੇਸ਼ੋ 60-70% ਤੋਂ ਉੱਪਰ ਹੀ ਮੈਨੂੰ ਲੱਗਦਾ ਹੈ ਜੀ। ਬਹੁਤ ਵਧੀਆ ਵੀਜ਼ਾ ਰੇਸ਼ੋ ਹੈ, ਤਾਂ ਸਟੂਡੈਂਟ ਵੀ ਇੰਟਰਸਟਿਡ ਨੇ, ਬਹੁਤ ਪੋਜ਼ਿਟਿਵਿਟੀ ਵਾਲਾ ਮਾਹੌਲ ਹੈ। ਖਰਚਾ ਕਿੰਨਾ ਕਰ? ਦੀਪਕ ਜੀ, USA ਦੀ ਨਾ ਇਹੀ ਬੜੀ ਵੱਡੀ ਖਾਸੀਅਤ ਹੈ ਕਿ ਬਹੁਤ ਜ਼ਿਆਦਾ ਇਨੀਸ਼ੀਅਲ ਇਨਵੈਸਟਮੈਂਟ ਨਹੀਂ ਕਰਨੀ ਪੈਂਦੀ। ਜੇ ਤਾਂ ਆਪਾਂ ਟੋਟਲ ਖਰਚੇ ਦੀ ਗੱਲ ਕਰੀਏ ਤਾਂ ਨੋਰਮਲ ਹੈ ਜਿੱਦਾਂ ਬਾਕੀ ਕੰਟਰੀਆਂ 'ਚ ਹੁੰਦਾ, ਲੇਕਿਨ ਜੇ ਇਨੀਸ਼ੀਅਲ ਇਨਵੈਸਟਮੈਂਟ ਦੀ ਗੱਲ ਕਰੀਏ ਤਾਂ ਅਸੀਂ ਕੋਈ ਕਾਲਜ ਯੂਨੀਵਰਸਿਟੀ ਦੀ ਫੀਸ ਨਹੀਂ ਟ੍ਰਾਂਸਫਰ ਕਰਨੀ ਪਹਿਲਾਂ, ਤੁਸੀਂ ਇੱਕ ਸਿੰਪਲ ਜਿਹਾ ਪ੍ਰੋਸੀਜਰ ਫੋਲੋ ਕਰਨਾ। ਤੁਸੀਂ ਇੱਕ I-20 ਅਪਲਾਈ ਕਰਨੀ ਹੈ, ਕਾਲਜ ਯੂਨੀਵਰਸਿਟੀ ਸਿਲੈਕਟ ਕਰਕੇ ਆਪਣਾ ਕੋਰਸ ਚੂਜ਼ ਕਰਕੇ I-20 ਤੁਹਾਡੇ ਕੋਲ ਆ ਗਈ, ਉੱਤੇ ਇੱਕ ਸੈਵਿਸ ਨੰਬਰ ਆਉਂਦਾ, ਉਹ ਸੈਵਿਸ ਨੰਬਰ ਦੇ ਥਰੂ ਤੁਸੀਂ ਆਪਣੀ ਸੈਵਿਸ ਫੀਸ ਪੇ ਕਰਨੀ, ਜੋ ਕਿ 1 ਸਾਲ ਲਈ ਵੈਲਿਡ ਹੈ, $350, ਉਹ ਹੈ I-20 ਕਿਤੇ 100, ਕਿਤੇ $150, ਕਿਤੇ $200, $250 ਤੱਕ ਜਾ ਸਕਦੀ ਹੈ। ਆਪਾਂ ਐਵਰੇਜ $150 ਮੰਨ ਕੇ ਚੱਲੀਏ, $350 ਸੈਵਿਸ ਫੀਸ ਆ, $500 ਆ ਹੋ ਗਿਆ, $160 ਤੁਹਾਡੀ ਜਿਹੜੀ ਅੰਬੈਸੀ ਫੀਸ ਹੈ, $650-$700 ਤੁਹਾਡੀ ਇਨਵੈਸਟਮੈਂਟ ਹੈ। ਤਾਂ ਮਤਲਬ ਸਿੱਧਾ ਸਿੱਧਾ ਹਿਸਾਬ ਹੈ ਕਿ 40,000-50,000 ਦੀ ਤੁਹਾਡੀ ਇਨੀਸ਼ੀਅਲ ਇਨਵੈਸਟਮੈਂਟ ਹੈ ਇੰਟਰਵਿਊ ਤੱਕ ਜਾਣ ਲਈ। ਹੁਣ ਇੰਟਰਵਿਊ 'ਚ ਸਵਾਲ ਪੁੱਛਣੇ ਉਹਨਾਂ ਨੇ ਬੇਸਿਕ, ਤੁਹਾਡੀ ਫੈਮਿਲੀ ਇਨਕਮ, ਤੁਸੀਂ ਕੋਰਸ ਕਿਉਂ ਚੂਜ਼ ਕੀਤਾ, ਯੂਨੀਵਰਸਿਟੀ ਕਿਉਂ ਚੂਜ਼ ਕੀਤੀ, ਤੁਹਾਡੇ ਬਾਕੀ ਪ੍ਰੀਵੀਅਸ ਸਟੱਡੀ ਬਾਰੇ ਪੁੱਛ ਲੈਣਗੇ, ਹਾਲਾਂਕਿ ਅਜੇ ਕੁਐਸਚਨਿੰਗ ਬਹੁਤ ਘੱਟ ਹੋ ਰਹੀ ਹੈ। ਉਸ ਤੋਂ ਬਾਅਦ ਤੁਹਾਨੂੰ ਵੀਜ਼ਾ ਗ੍ਰਾਂਟ ਹੋਣਾ ਹੈ 5 ਈਅਰ ਦਾ, ਸਿੱਧਾ ਸਿੱਧਾ ਵੀਜ਼ਾ। ਹੁਣ ਯੂਨੀਵਰਸਿਟੀ ਦੀ ਗਾਈਡਲਾਈਨ, ਵੀਜ਼ਾ ਲੱਗ ਗਿਆ, ਤੁਸੀਂ 3 ਮਹੀਨੇ ਦੀ ਫੀਸ ਪੇ ਕਰਨੀ ਜਾਂ 6 ਮਹੀਨੇ ਦੀ, ਉਹ ਯੂਨੀਵਰਸਿਟੀ ਤੁਹਾਨੂੰ ਕਹੇਗੀ, ਮੋਸਟਲੀ 6 ਮਹੀਨੇ ਦੀ ਯੂਨੀਵਰਸਿਟੀ ਕਹਿੰਦੀ ਕਿ ਫੀਸ ਪੇ ਕਰ ਦਿਓ। ਮੈਨੂੰ ਕੁਛ ਯੂਨੀਵਰਸਿਟੀ ਇਹ ਵੀ ਕਹਿੰਦੀ ਹੈ ਕਿ ਤੁਸੀਂ ਇੱਥੇ ਆ ਕੇ ਵੀ ਪੇ ਕਰ ਸਕਦੇ ਹੋ, ਆਹੀ ਖਰਚਾ ਹੈ। USA ਜਾਣਾ ਹੈ, ਤੁਸੀਂ ਬਹੁਤ ਐਡ ਸੁਣੀ ਹੋਏਗੀ, USA 50,000 'ਚ ਜਾਓ, 50,000 ਆਹੀ ਹੈ, ਹੋਰ ਕੁਛ ਨਹੀਂ ਹੈਗਾ ਜਿਹੜੀ ਇਨਵੈਸਟਮੈਂਟ ਇਨੀਸ਼ੀਅਲੀ ਹੈਗੀ ਹੈ, ਕਿਉਂਕਿ ਸਾਡੀ ਫੀਸ ਵੀ ਆਫਟਰ ਵੀਜ਼ਾ ਹੁੰਦੀ ਹੈ, ਤਾਂ ਇੰਟਰਵਿਊ ਵਾਸਤੇ ਅਸੀਂ ਤਿਆਰੀ ਕਰਾਉਣੀ, ਅਸੀਂ ਐਡਮਿਸ਼ਨ ਕਰਾਉਣਾ ਤੁਹਾਡਾ, ਉਹ 50,000-60,000 ਦਾ ਹੀ ਖਰਚਾ ਜਿਹੜਾ ਲੱਗਣਾ, ਉਹ 'ਚ ਪਤਾ ਲੱਗ ਜਾਣਾ ਵੀਜ਼ਾ ਲੱਗਾ ਕਿ ਨਹੀਂ ਲੱਗਾ। ਨਾ ਟੈਨਸ਼ਨ ਜੇ ਵੀਜ਼ਾ ਨਹੀਂ ਲੱਗਦਾ ਤਾਂ ਉੱਥੇ ਵੀ ਰਿਲੀਫ ਹੈ ਕਿ ਜੇ ਵੀਜ਼ਾ ਨਹੀਂ ਕਿਸੇ ਦਾ ਲੱਗਾ, ਉਹਨੂੰ ਇਹ ਟੈਨਸ਼ਨ ਨਹੀਂ ਕਿ ਯਾਰ ਹੁਣ ਫੀਸ ਉੱਥੋਂ ਮੰਗਵਾਉਣੀ ਹੈ, ਮੇਰਾ ਕਿਤੇ GIC ਤਾਂ ਨਹੀਂ ਗਾ ਕੈਨੇਡਾ ਵਾਂਗ, ਮੇਰੀ 3 ਮਹੀਨੇ ਫੀਸ ਫਸੀ ਹੋਈ ਹੈ, ਮੈਂ ਹੋਰ ਕੰਟਰੀ ਅਪਲਾਈ ਨਹੀਂ ਕਰ ਸਕਦਾ। ਈਵਨ ਰਿਫਿਊਜ਼ਲ ਵੀ ਹੁੰਦੀ ਤਾਂ ਵੀ ਹਿੰਮਤ ਹਾਰਨ ਦੀ ਲੋੜ ਨਹੀਂ ਹੈ, USA ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਦਿੰਦਾ। ਰਿਫਿਊਜ਼ਲ ਅਗਰ ਆ ਜਾਂਦੀ ਕਿਸੇ ਕਾਰਨ, ਅਨਫੋਰਚੁਨੇਟਲੀ ਕਿਸੇ ਦੀ ਆ ਗਈ ਰਿਫਿਊਜ਼ਲ, ਬੱਚੇ ਹੈਜੀਟੇਟ ਹੋ ਜਾਂਦੇ, ਉੱਥੇ ਆਨਸਰ ਨਹੀਂ ਕਰ ਪਾਉਂਦੇ, ਤਾਂ ਵੈਰੀ ਨੈਕਸਟ ਵੀਕ ਜਾਂ 2 ਵੀਕ ਬਾਅਦ ਤੁਸੀਂ ਦੁਬਾਰਾ ਤੋਂ ਅਪਾਇੰਟਮੈਂਟ ਲੈ ਸਕਦੇ ਹੋ, ਸਿਰਫ $160 ਪੇ ਕਰਕੇ। ਕੋਈ I-20 ਦੀ ਫੀਸ ਦੁਬਾਰਾ ਲੱਗਣੀ, ਕੋਈ 50-60 ਨਹੀਂ ਲੱਗਣਾ, $10,000-$15,000 ਤੁਹਾਡਾ ਲੱਗਣਾ, ਜਿਹੜਾ $160 ਨੇ ਉਹੀ ਤੁਹਾਡੇ ਲੱਗਣੇ, ਤੁਸੀਂ ਦੁਬਾਰਾ ਇੰਟਰਵਿਊ ਦੇ ਸਕਦੇ ਹੋ, ਬਾਕੀ ਫੀਸਾਂ ਤੁਹਾਡੀਆਂ ਉਹੀ ਰਹਿ ਜਾਣੀਆਂ। ਸੋ ਇਹ ਬੈਨੀਫਿਟ ਵੀ USA ਹੈਗੇ ਨੇ ਐਂਡ ਰੇਸ਼ੋ ਅੱਛੀ ਹੈ ਰਾਈਟ ਨਾਓ। ਹੁਣ ਐਲੀਜੀਬਿਲਟੀ ਦੀ ਗੱਲ ਕਰ ਲਈਏ, ਤੁਹਾਡੇ +2 ਕੀਤੀ ਹੈ, ਗ੍ਰੈਜੂਏਸ਼ਨ ਕੀਤੀ ਹੈ, ਗੈਪ ਕੋਈ ਜ਼ਿਆਦਾ ਹੈ ਤਾਂ ਕੋਈ ਜ਼ਿਆਦਾ
इशू नहीं आता। ग्रेजुएशन तो बाद बहुत लंबा गैप एक्सैप्ट हो जाता, आयल्स किया नहीं किया कोई मैटर नहीं करता, तो आयल्स तो बिना भी एडमिशन मिलती इंग्लिश के स्कोर के हिसाब से चीज़ें देखनिया पैदा ने। अगर तुम डुलिंगो किया अमेरिकन टैसट है वह भी एक्सैप्ट होंगे, वाइडली यूनिवर्सिटी कॉलेज एक्सैप्ट करते हैं, तो मतलब कि ऑलमोस्ट हर तरह का बच्चा जिदा यूके एलिजिबल होंगे इतने भी एलिजिबल होंगे। एंड इतने ज़्यादा बेनीफिट है क्योंकि इंटरव्यू बेस्ड वीज़ा तुम अपनी जस्टिफिकेशन जी है उत्तर बोल के दस सकते हो तो अपना वीज़ा जरा हासिल कर सकते हो। सो फरदर डिटेल जानना चाहते हो तो सू कॉल कर लो, असी 10 साल तो स्टूडेंट वीज़ा की सर्विस प्रोवाइड कर रहे हैं अमृतसर लुधियाना जलंधर 3 जगह साढ़ी 3 लोकेशन से ऑफिस ने। यू कैन विजिट अस और यू कैन कॉल अस ऑन 9041090410 जी। सो दोस्तों चैनल भी जरूर सब्सक्राइब करके रखो ताकि यह जी लेटेस्ट इनफॉरमेशन थोड़े तक पहुँचती रहे। धन्यवाद धन्यवाद जी।